ਹਾਂਜੀ ਭਾਈ ਸਤਿ ਸ੍ਰੀ ਅਕਾਲ ਜਿਵੇਂ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਐਪਿਕ ਕੈਫੇ ਤੇ ਆਪਾਂ ਡਰਾਅ ਕੱਢਦੇ ਹੁੰਨੇ ਆ ਲਾਸਟ ਟਾਈਮ ਆਪਾਂ ਫ੍ਰੀ ਵਾਲਾ ਵੀ ਕੱਢਿਆ ਸੀਗਾ ਉਸ ਤੋਂ ਪਹਿਲਾਂ ਆਪਾਂ ਪ੍ਰੀ ਟਰੈਕਟਰ ਕੱਢਿਆ ਸੀ ਇੱਥੇ ਡਰਾਅ ਦੇ ਵਿੱਚ ਹੁਣ ਆਪਾਂ ਫੇਰ ਡਰਾਅ ਲੈ ਕੇ ਹਾਜ਼ਰ ਹਾਂ ਵੀ ਪੰਜਵਾਂ ਡਰਾਅ ਆਪਣਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਪੂਰਾ ਤਰੀਕੇ ਨਾਲ ਕੱਢਿਆ ਜਾਂਦਾ ਲੋਕਾਂ ਸਾਹਮਣੇ ਕੱਢਿਆ ਜਾਂਦਾ ਠੀਕ ਆ ਜੀ ਜਿਵੇਂ ਐਰਕੀ ਫੇਰ ਆਪਾਂ ਪਹਿਲਾ ਨਾਮ ਜਿਹੜਾ ਰੱਖ ਰਹੇ ਆ ਉਹ ਪ੍ਰੀਤ ਟਰੈਕਟਰ ਹੀ ਆ ਪਰ ਇਹਦੇ ਵਿੱਚ ਚੇਂਜ ਆ ਪਿਛਲੀ ਵਾਰੀ ਕੋਈ ਆਪਣੇ ਨਾਮ 21 ਸੀਗੇ ਉਹ ਬਹੁਤ ਬੰਦੇ ਰਹਿ ਜਾਂਦੇ ਆ ਐਰਕੀ ਨਾਮ ਆਪਾਂ 101 ਰੱਖਦਾ ਨਾਮਾ ਰੱਖਣ ਦਾ ਇਹ ਆ ਬਈ 101 ਨਾਮ ਸਾਰੇ ਵੱਡੇ ਆ ਐਂਡ ਤੱਕ ਵੱਡੇ ਨਾਮ ਹੀ ਹੋਣੇ ਵੀ ਐਂਡ ਤੱਕ ਛੋਟੇ ਨਾਮ 500 ਵਾਲੇ ਰੱਖਤੇ ਨਹੀਂ ਸਾਰੇ ਨਾਮ ਹੀ ਵੱਡੇ ਆ ਉਸ ਨੂੰ ਮੈਂ ਸਾਰਾ ਡਿਟੇਲ ਦੇ ਵਿੱਚ ਦੱਸ ਦੂੰਗਾ ਨਾ ਆਹ ਮੈਂ ਪੋਸਟਰ ਦੀ ਤੁਹਾਨੂੰ ਦਿਖਾ ਦੇਣਾ ਫੋਟੋ ਬਾਕੀ ਆਪਣੇ ਇੰਸਟਾਗ੍ਰam ਆਪਣੇ ਪੇਜਾਂ ਤੇ ਸਾਰਾ ਕੁਝ ਹੈਗਾ ਜਿਹੜਾ ਬੰਦਾ ਬਈ ਆ ਵੀਡੀਓ ਨੂੰ ਸ਼ੇਅਰ ਕਰੂਗਾ ਪਿਛਲੀ ਵਾਰੀ ਵੀ ਆਪਾਂ ਫ੍ਰੀ ਡਰਾਅ ਕੱਢਿਆ ਸੀਗਾ ਉਹਨਾਂ ਲਈ ਉਹ ਪਰਚੀਆਂ ਪਾਵਾਂਗੇ ਉਹ ਡਰਾਅ ਦੇ ਵਿੱਚ ਐਰਕੀ ਬਾਅਦ ਚ ਪਰਚੀਆਂ ਨਹੀਂ ਪਾਉਣੀਆਂ ਯਾਨੀ ਆਈਫੋਨ 8.5 ਫ੍ਰੀ ਚ ਕੱਢੇ ਜਾਣੇ ਆ ਜਿਹੜਾ ਬੰਦਾ ਆਹ ਵੀਡੀਓ ਨੂੰ ਸ਼ੇਅਰ ਕਰੂਗਾ ਸਾਨੂੰ ਸਕਰੀਨਸ਼ਾਟ ਭੇਜ ਦੂਗਾ ਉਹਨਾਂ ਨੂੰ ਆਈਫੋਨ 8.5 ਫ੍ਰੀ ਚ ਕੱਢੇ ਜਾਣੇ ਆ ਉਹ ਸ਼ੇਅਰ ਵਾਲਾ ਬਾਅਦ ਚ ਕੱਢਿਆ ਜਾਣਾ ਆਪਣੇ ਡਰਾਅ ਤੋਂ ਬਾਅਦ ਪਰ ਇਹਦੇ ਵਿੱਚ ਕੀ ਹੈ ਉਹੀ ਬੰਦੇ ਰੱਖੀ ਜਾਣੇ ਜਿਹੜੇ ਹੁਣ ਵੀਡੀਓ ਨੂੰ ਸ਼ੇਅਰ ਕਰਨਗੇ ਬਾਅਦ ਚ ਕਰਨਗੇ ਉਹ ਨਹੀਂ ਰੱਖੇ ਨੇ ਪਹਿਲੀ ਵਾਰੀ ਆਪਾਂ ਸਾਰੇ ਕਰਤੇ ਸੀਗੇ ਬਈ ਯਾਰ ਕੀ ਨਾਮ ਜਿਹੜਾ ਪਹਿਲਾ ਹੈਗਾ ਪ੍ਰੀਤ ਟਰੈਕਟਰ 6059 ਸੁਪਰ 4 ਸਿਲੰਡਰ 3 ਸਪੀਡਰ ਇਹ ਥੋੜਾ ਜਿਹਾ ਬਈ ਅਗਲੇ ਨਾਲੋਂ ਅਪਗ੍ਰੇਡ ਵੱਧ ਜਣਾ ਜਿਹੜਾ ਹੈਗਾ ਦੂਜਾ ਨਾਮ ਬਾਈ ਜੀ ਬੁਲਟ ਮੋਟਰਸਾਈਕਲਾ 2015 ਮਾਡਲ ਤੀਜਾ ਨਾਮ ਬਾਈ ਜੀ ਆਈਫੋਨ 14 ਚੌਥਾ ਬਾਈ ਇਲੈਕਟ੍ਰਿਕ ਸਕੂਟਰੀ ਆ ਪੰਜਵਾਂ ਆਈਫੋਨ 13 ਫਿਰ ਅਗਲਾ ਨਾਮ ਆਈਫੋਨ 12 ਫਿਰ ਆਈਫੋਨ 11 ਫਿਰ ਆਈਫੋਨ 10 ਹੈ ਫਿਰ ਉਸ ਤੋਂ ਅਗਲਾ ਆਈਫੋਨ XR ਹੈ ਫਿਰ ਆਈਫੋਨ SE ਹੈ ਐਰ ਕੀ ਬਾਈ ਮੋਸਟਲੀ ਫੋਨ ਨਵੇਂ ਹੀ ਦਿੱਤੇ ਜਾਣੇ ਆ ਜਿਹੜੇ ਨਵੇਂ ਆਉਂਦੇ ਆ 7 ਤੇ 8 ਆਪਾਂ ਬੰਦ ਕਰਦੇ ਕਿਉਂਕਿ ਉਹ ਨਵੇਂ ਨਹੀਂ ਆਉਂਦੇ ਸਵੈਪਟ ਆਉਂਦੇ ਫਿਰ ਸਾਨੂੰ ਲਾਂਭਾ ਆਉਂਦਾ ਪਿੱਛੋਂ ਤਾਂ ਕਰਕੇ ਉਹ ਆਪਾਂ ਬੰਦ ਕਰਦੇ ਫਿਰ ਉਸ ਤੋਂ ਅਗਲਾ ਬਾਈ ਕੀ ਆ ਜਿਹੜਾ ਅਗਲਾ ਨਾਮ ਰੱਖਿਆ ਆਪਾਂ ਰੱਖਿਆ ਵਾਸ਼ਿੰਗ ਮਸ਼ੀਨ 12ਵਾਂ ਨਾਮ ਵਾਸ਼ਿੰਗ ਮਸ਼ੀਨ 13ਵਾਂ ਨਾਮ ਬਾਈ LED 42 ਇੰਚ ਦੀ 14ਵਾਂ ਨਾਮ ਫ੍ਰਿਜ ਫਿਰ 15 ਤੋਂ 21 ਤੱਕ ਆਈਫੋਨ ਬਾਈ 8 ਦਿੱਤੇ ਜਾਣੇ ਆ ਇਹ ਵੀ ਬਾਈ ਵਧੀਆ ਕੁਆਲਿਟੀ ਦਿੱਤੇ ਜਾਣਗੇ ਕੋਈ ਸਵੈਪਟ ਨਹੀਂ ਦਿੱਤੇ ਜਾਣੇ ਪਿਛਲੀ ਵਾਰੀ ਸਵੈਪਟ ਉੱਤੇ ਉਹ ਯਾਰ ਕੁਛ ਕੁਛ ਖਰਾਬੀ ਆਈ ਅਸੀਂ ਵਾਪਸ ਵਟਾ ਕੇ ਲੋਕਾਂ ਨੂੰ ਦਿੱਤੇ ਆ ਵਾਪਸ ਉਹ 'ਚ ਸਾਨੂੰ ਪ੍ਰੋਬਲਮ ਆਉਂਦੀ ਆ ਫਿਰ ਬਾਈ 22 ਤੋਂ 31 ਰੀਅਲਮੀ ਦੇ ਫੋਨ ਦਿੱਤੇ ਨੇ ਨਵੇਂ ਠੀਕ ਆ ਜੀ 22 ਤੋਂ 31 ਤੱਕ ਬਾਅਦ 'ਚ 32 ਤੋਂ 55 ਤੱਕ ਬਾਈ ਰੇਂਜਰ ਸਾਈਕਲ ਵਧੀਆ ਕੁਆਲਿਟੀ ਦਿੱਤੇ ਨੇ 55 ਤੱਕ ਬਾਈ 20 ਸਾਈਕਲ ਦਿੱਤੇ ਜਾਣੇ ਆ 20 ਸਾਈਕਲ ਰੇਂਜਰ ਫਿਰ ਬਾਈ ਅਗਲੇ 20 ਹੈਗੇ ਮਾਈਕਰੋ ਦਿੱਤੇ ਜਾਣੇ 71 ਤੱਕ ਵਧੀਆ ਕੰਪਨੀ ਦਾ ਮਾਈਕਰੋ ਦਿੱਤੇ ਹਨ ਤੇ ਬੈਲ ਤੁਹਾਡੇ ਨਾਂ ਤੇ ਕੱਟ ਕੇ ਦਿੱਤਾ ਜਾਊਗਾ ਫਿਰ ਬਾਈ ਅਗਲੇ ਹੈਗੇ ਆ ਬਾਈ ਰੀਅਲਮੀ ਦੇ ਏਅਰਪੋਰਟਸ ਉਹ ਦਿੱਤੇ ਜਾਣਗੇ ਬਾਈ ਜਾਂ ਰੈਡਮੀ ਦਿੱਤੇ ਜਾਣਗੇ ਫਿਰ ਬਾਈ ਲਾਸਟ ਵਾਲੇ 20 ਸਮਾਰਟ ਵਾਚਾਂ ਹੋਣਗੀਆਂ ਵਧੀਆ ਕੁਆਲਿਟੀ ਦੀਆਂ ਵਧੀਆ ਕੰਪਨੀ ਠੀਕ ਆ ਜੀ ਬਾਕੀ ਜਿਹੜੇ ਪਹਿਲੇ 99 ਨਾਮ ਆ ਉਹਦਾ ਪੂਰੀ ਮਹਿੰਗੇ ਨਾਮ ਆ ਵਧੀਆ ਨਾਮ ਆ ਬਾਈ ਤੇ ਬਾਕੀ ਬਾਈ ਆ ਵੀਡੀਓ ਨੂੰ ਜਿਹੜਾ ਸ਼ੇਅਰ ਕਰੂਗਾ ਉਹ ਆਈਫੋਨ 8 ਵਾਲੀ ਰੇਸ ਦੇ ਵਿੱਚ ਵੜ ਜਾਊਗਾ ਉਹਦੇ ਲਈ ਫ੍ਰੀ ਕੂਪਨ ਪਾਵਾਂਗੇ ਜਿਹੜਾ ਆਈਫੋਨ 8 ਵਾਲਾ ਤਾਂ ਡਰਾਅ ਕੱਢਣਾ ਫ੍ਰੀ ਵਾਲਾ ਡਰਾਅ ਉਹ ਬਾਅਦ ਚ ਨਹੀਂ ਪਵਾਏ ਜਾਣੇ ਆ ਵੀਡੀਓ ਨੂੰ ਜਿਹੜਾ ਸ਼ੇਅਰ ਕਰੂ ਸਾਨੂੰ ਸਕਰੀਨਸ਼ਾਟ ਭੇਜ ਦਿਓ ਉਹਦੇ ਸਕਰੀਨਸ਼ਾਟ ਸਾਂਭ ਕੇ ਰੱਖਾਂਗੇ ਬਾਅਦ ਚ ਨੂੰ ਕੂਪਨ ਪ੍ਰੋਵਾਈਡ ਕੀਤਾ ਜਾਊਗਾ ਫਿਰ ਉਹਨਾਂ ਦੇ ਆਈਫੋਨ 8.5 ਨਿਕਲਨੇ ਆ ਜਿਹੜੇ ਨੇ ਇਹਨਾਂ ਨੂੰ ਸ਼ੇਅਰ ਕੀਤਾ ਉਹਨਾਂ ਦੀਆਂ ਪਰਚੀਆਂ ਪਾ ਕੇ ਉਹਨਾਂ ਚੋਂ 5 ਬੰਦੇ ਕੱਢ ਕੇ ਆਈਫੋਨ 8 ਦੇ ਦੇਣੇ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਬਾਈ ਪਿਛਲਾ ਲਾਈਵ ਵੀ ਤੁਸੀਂ ਸਾਡੇ YouTube ਚੈਨਲ ਤੇ ਦੇਖ ਲਓ ਤੇ ਸਾਡੇ ਜਿਹੜਾ ਅਮਰਦੋਦਰ ਮੁੰਡਾ ਉਹਦੇ ਚੈਨਲ ਦੇਖ ਲਓ ਉਹ ਤੇ 34 ਲੱਖ ਲੋਕਾਂ ਨੇ ਦੇਖਿਆ ਸੀਗਾ ਤੁਸੀਂ ਬਾਕੀ ਸਾਡਾ Facebook ਪੇਜ ਆ ਉਹ ਵੀ HR ਮੀਡੀਆ ਦੇ ਨਾਮ ਤੇ ਆ YouTube ਆ ਉਹ ਵੀ HR ਮੀਡੀਆ ਦੇ ਨਾਮ ਤੇ ਆ ਜਿਹੜਾ ਸਾਡਾ Instagram ਉਹ ਐਪਿਕ ਕੈਫੇ ਮੋਗਾ ਦੇ ਨਾਮ ਤੇ ਆ ਇੱਕ ਲੱਕੀ ਬੰਪਰ ਦੇ ਨਾਮ ਤੇ ਆ ਹੋਰ ਕਿਸੇ ਨੂੰ ਬਾਈ ਤੁਸੀਂ ਪੇਮੈਂਟ ਨਹੀਂ ਪਾਉਣੀ ਆ ਜਿਹੜਾ ਨੰਬਰ ਸਕਰੀਨ ਤੇ ਤੁਹਾਨੂੰ ਦੱਸਦੇ ਇੱਕ ਹੀ ਨੰਬਰ ਆ ਸਾਡਾ ਫੋਨ ਵਾਲਾ ਵੀ WhatsApp ਵਾਲਾ ਵੀ Paytm ਵਾਲਾ ਵੀ Google Pay ਵਾਲਾ ਵੀ ਫੋਨ ਪੇ ਵਾਲਾ ਇੱਕੋ ਨੰਬਰ ਆ 9979420092 ਇੱਕੋ ਹੀ ਨੰਬਰ ਆ ਬਾਈ ਸਾਡਾ ਹੋਰ ਕੋਈ ਤੁਹਾਨੂੰ ਨੰਬਰ ਦਵੇ ਜਾਂ ਕੋਈ ਉਹ ਨੰਬਰ ਤੇ ਕੁਛ ਨਹੀਂ ਕਰਨਾ ਵੀਰੇ ਇਹੀ ਨੰਬਰ ਹੈ ਪੁਰਾਣੇ ਡਰਾਅ ਉਹ ਡਰਾਅ ਇੱਥੇ ਸਾਰਿਆਂ ਨੂੰ ਸਾਹਮਣੇ ਨਿਕਲੂਗਾ ਲੋਕਾਂ ਨੇ ਆਪ ਹੀ ਪਰਚੀਆਂ ਪਾਉਣੀਆਂ ਤੇ ਕੁਛ ਕੁ ਲੋਕਾਂ ਕਰਕੇ ਬਦਨਾਮ ਵੀ ਡਰਾਅ ਹੋ ਗਏ ਬਾਈ ਜਿਹੜੇ ਭੱਜ ਗਏ ਜਾਂ ਕੁਛ ਬਾਕੀ ਸਾਡਾ ਤੁਹਾਨੂੰ ਪਤਾ ਸਾਡੇ ਪੁਰਾਣੇ ਲਾਈਵ ਚਾਰੇ ਦੇ ਚਾਰੇ ਲਾਈਵ ਮੇਰੇ YouTube ਚੈਨਲ ਤੇ ਪਏ ਆ HR ਮੀਡੀਆ ਜਦੋਂ ਮਰਜ਼ੀ ਜਾ ਕੇ ਚੈੱਕ ਕਰ ਬਾਕੀ ਆ ਡਿਟੇਲ ਤੁਹਾਡੇ ਸਕਰੀਨ ਤੇ ਨਾਲ ਆ ਰਹੀਆਂ ਆ ਸਾਰੀਆਂ ਡਿਟੇਲਸ ਨਾਲ ਹੀ ਆ ਇਹ ਦੇਖ ਲਓ ਨਾਮਾਂ ਦਾ ਵੇਰਵਾ ਬਾਕੀ ਪੋਸਟਰ ਚੈੱਕ ਕਰਨਾ ਤੁਸੀਂ ਕਰ ਸਕਦੇ ਆ ਬਾਕੀ ਸਾਡਾ ਖੁੱਲਾ ਬਈ ਤੁਹਾਨੂੰ ਸੱਦਾ ਹੈ ਵੀ ਕੋਈ ਵੀ ਬੰਦਾ ਜੇ ਇੱਥੇ ਆ ਕੇ ਡਰਾਪ ਹੋਣਾ ਚਾਹੁੰਦਾ ਆ ਆਪਣਾ ਕੈਫੇ ਆ ਐਪੀ ਕੈਫੇ ਮੋਗਾ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਸਥਿਤ ਹੈ ਸਾਹਮਣੇ ਕੋਲੀ ਟਾਇਰ ਆ ਉਹਦੇ ਆਪੋਜ਼ਿਟ ਹੈ ਨੀਅਰ ਸਰਕਾਰੀ ITI ਆ ਤੁਸੀਂ ਇੱਥੇ ਆ ਕੇ ਇੱਥੇ ਆ ਕੇ ਕੂਪਨ ਪਾ ਸਕਦੇ ਚੈੱਕ ਕਰਕੇ ਮੈਂ ਤਾਂ ਇਹ ਬੇਨਤੀ ਕਰਦਾ ਜਿਹੜੇ ਬੰਦੇ ਕੂਪਨ ਪਾਉਂਦੇ ਆ ਬਾਈ ਸੇ ਦੇਖ ਸਮਝ ਕੇ ਕੂਪਨ ਪਾਇਆ ਕਰੋ
ਇਹ ਵੀ ਦੇਖ ਲਿਆ ਕਰੋ ਜਿਹੜੇ ਨਾਮ ਹੈ 101 ਨਾਮ ਆ ਜਾਂ 31 ਨਾਮ ਆ ਜਾਂ 20 ਨਾਮ ਹੈ ਵੀ ਕਿਤੇ ਪਹਿਲਾ ਨਾਮ ਵੀ ਤਾਂ ਨਹੀਂ ਵੱਡਾ ਬਾਕੀ ਛੋਟੇ ਹੀ ਆ ਸਾਰੇ ਚੈੱਕ ਕਰਿਆ ਕਰੋ ਯਾਰ ਵੀ ਪਹਿਲਾ ਨਾਮ ਕਈਆਂ ਦਾ ਪਹਿਲਾ ਨਾਮ ਹੀ ਵੱਡਾ ਹੁੰਦਾ ਬਾਕੀ ਨਾਮ ਉਹ ਵੀ ਛੋਟੇ ਲੱਲੇ ਭੱਬੇ ਹੁੰਦੇ ਆ ਆਪਣੇ ਸਾਰੇ ਨਾਮ ਬਾਈ ਵਧੀਆ ਹੋਣਗੇ ਤੁਸੀਂ ਪੋਰਟਰ ਚੈੱਕ ਕਰ ਲਿਓ ਤੇ ਬਾਕੀ ਚੈੱਕ ਕਰ ਲਿਆ ਕਰੋ ਜਦੋਂ ਡਰੋਪ ਆਉਂਦੇ ਉਹਨਾਂ ਦਾ ਲੋਕੇਸ਼ਨ ਹੈਗੀ ਆ ਵਧੀਆ ਥਾਂ ਤੇ ਹੈਗੇ ਆ ਐਵੇਂ ਮੇਰਾ ਵੀ ਠੱਗੀ ਦਾ ਸ਼ਿਕਾਰ ਨਾ ਬਣੋ ਤੇ ਬਾਕੀ ਜਿਹੜੇ ਬੰਦੇ ਕਮੈਂਟ ਕਰਦੇ ਹੁੰਦੇ ਆ ਬਈ 30 ਲੱਖ ਬਣਾ ਗਿਆ 40 ਲੱਖ ਬਣਾ ਗਿਆ ਉਹਨਾਂ ਦੇ ਕਮੈਂਟਾਂ ਕਰਕੇ ਜਿਹੜੇ ਭੱਜਦੇ ਆ ਉਹ ਭੱਜਦੇ ਆ ਕਿਉਂਕਿ ਪੰਗਾ ਲੈ ਲੈਂਦੇ ਆ ਬਾਈ ਬੱਜ ਉਹਨੇ ਪੈਸੇ ਇਕੱਠੇ ਹੁੰਦੇ ਨੀਗੇ ਠੀਕ ਆ ਜੀ ਬਾਈ ਧੰਨਵਾਦ ਬਾਈ ਸਾਰਿਆਂ ਨੂੰ ਜਿਹੜਾ ਸ਼ੇਅਰ ਕਰੂਗਾ ਬਾਈ ਉਹਦਾ ਵੀ ਧੰਨਵਾਦ ਬਾਕੀ ਜਿਹੜੇ ਕਮੈਂਟ ਕਰ ਰਹੇ ਉਹਨਾਂ ਦਾ ਵੀ ਧੰਨਵਾਦ ਥੈਂਕ ਯੂ ਵੈਰੀ ਮੱਚ।